ਬੀਤੇ ਦਿਨੀ ਅਮਰੀਕਾ ਦੇ ਵਿੱਚ ਦੋ ਟਰੱਕ ਡਰਾਈਵਰਾਂ ਦੇ ਵਿੱਚ ਝੜਪ ਹੋ ਗਈ ਸੀ ਅਤੇ ਦੋਨੇ ਪੰਜਾਬੀ ਸੀ ਜਿਸ ਦੇ ਵਿੱਚ ਇੱਕ ਬਜ਼ੁਰਗ ਕੁਲਦੀਪ ਸਿੰਘ ਸੀ ਜੋ ਕਿ ਟਰੱਕ ਚਲਾ ਰਿਹਾ ਸੀ ਇਹਨਾਂ ਦੀ ਝੜਾਪਨੀ ਵੱਧ ਗਈ ਕਿ ਦੋਨਾਂ ਨੇ ਇੱਕ ਦੂਸਰੇ ਤੇ ਹਮਲਾ ਕਰ ਦਿੱਤਾ ਸੀ ਜਸਤੇ ਨਾਲ ਇਹ ਦੋਨੇ ਪੂਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੁਲਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਅਮਰੀਕਾ ਦੀ ਅਦਾਲਤ ਦੇ ਵਿੱਚ ਜਦੋਂ ਉਹਨਾਂ ਦੀ ਪੇਸ਼ੀ ਹੋਈ ਤਾਂ ਪਹਿਲੀ ਪੇਸ਼ੀ ਤੇ ਹੀ ਜੱਜ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਜੱਜ ਦਾ ਕਹਿਣਾ ਸੀ ਕਿ ਕੁਲਦੀਪ ਸਿੰਘ ਨੇ ਆਪਣੀ ਦਸਤਾਰ ਦੀ ਰੱਖਿਆ ਦੇ ਲਈ ਸਿਰ ਸਾਹਿਬ ਦੀ ਵਰਤੋਂ ਕੀਤੀ ਹੈ ਇਸ ਲਈ ਇਸ ਨੂੰ ਉਹ ਜ਼ੁਰਮ ਨਹੀਂ ਮੰਨਦੇ ਜੱਜ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ